ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਦਿਵਾਲੀ ਦਾ ਵੱਡਾ ਤੋਹਫਾ ਸਰਕਾਰੀ ਮੁਲਾਇਮਾਂ ਦੇ ਤਨਖਾਹ ਦੇ ਵਿੱਚ 8000 ਰੁਪਏ ਤੱਕ ਵਾਅਦਾ ਕਰਨ ਦੀ ਤਿਆਰੀ ਰੇਲਵੇ ਮੰਤਰਾਲੇ ਨੇ 11 ਲੱਖ ਆਪਣੇ ਕਰਮਚਾਰੀਆਂ ਨੂੰ ਬੋਨਸ ਦਾ ਵੱਡਾ ਤੋਹਫਾ ਦਿੱਤਾ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਵੇਸਕ ਤਨਖਾਹ ਵਧਾਉਣ ਜਾਰੀ ਹੈ ਦਾ ਐਲਾਨ ਅਗਲੇ ਹਫਤੇ ਯਾਨੀ ਕਿ ਦੀਵਾਲੀ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਨਾਲ ਗੱਲਬਾਤ ਡ੍ਰੈਨ ਫਿਟਮੈਂਟ ਫੈਕਟਰ ਤੇ ਸਹਿਮਤੀ ਬਣ ਗਈ ਹੈ ਜਸ ਤੋਂ ਬਾਅਦ ਆ ਮਲਾਜਮਾਂ ਦੇ ਤਨਖਾਹ ਵਧ ਕੇ 26000 ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਦੱਸਦੇ ਕਿ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਹੁਣ ਇਹਨਾਂ ਤਨਖਾਹ ਮਿਲਦੀ ਹੈ ਦਰਅਸਲ ਮੌਜੂਦਾ ਸਮੇਂ ਦੇ ਵਿੱਚ ਕੇਂਦਰੀ ਕਰਮਚਾਰੀਆਂ ਨੂੰ 18000 ਰੁਪਏ ਬੇਸਕ ਤਨਖਾਹ ਮਿਲਦੀ ਆ ਪਰ ਦੀਵਾਲੀ ਤੋਂ ਪਹਿਲਾਂ ਸਰਕਾਰ ਬੇਸਕ ਤਨਖਾਹ ਵਧਾ ਕੇ 26000 ਰੁਪਏ ਕਰਨ ਦੀ ਤਿਆਰੀ ਕਰ ਰਹੀ ਹੈ ਜਾਣੇ ਜੇਕਰ ਤौसी ਕੇਂਦਰੀ ਕਰਮਚਾਰੀਓਤਾ ਤੁਹਾਡੇ ਖਾਤਰ ਵਿੱਚ ਸਾਲਾਨਾ 96000 ਰੁਪਏ ਦਾ ਵਾਧਾ ਹੋਵੇਗਾ ਜਾਣਕਰ ਦੇ ਅਨੁਸਾਰ ਇਸ ਸਮੇ ਮਲਾਜਮਾਂ ਨੂੰ ਫਿਟਮੈਂਟ ਆਫ ਫੈਕਟਰ ਤਹਿਤ 2.57 ਫੀਸਦੀ ਦਰ ਦੇ ਨਾਲ ਤਨਖਾਹ ਦਿੱਤੇ ਜਾਂਦੇ ਆ ਸਰਕਾਰ ਇਸ ਨੂੰ ਵਧਾ ਕੇ 3.68 ਫੀਸਦੀ ਕਰਨ ਦੀ ਤਿਆਰੀ ਵਿੱਚ ਹੈ ਅਜਿਹਾ ਹੁਣ ਤੇ ਮਲਾਜਮਾਂ ਦੇ ਤਨਖਾਹ ਦੇ ਵਿੱਚ 8000 ਰੁਪਏ ਤੱਕ ਪ੍ਰਤੀ ਮਹੀਨਾ ਦਾ ਸਿੱਧਾ ਵਾਧਾ ਹੋਵੇਗਾ ਤਾਨੂੰ ਇਸ ਆਧਾਰ ਤੇ ਡੀਆ ਦਾ ਲਾਭ ਵੀ ਮਿਲੇਗਾ ਕਿਉਂਕਿ ਮਹਿੰਗਾਈ ਪਤਾ ਸਿਰਫ ਮੂਲ ਤਨਖਾਹ ਤੇ ਨਿਰਭਰ ਕਰਦਾ ਹੈ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ ਆ ਅਹਿਮ ਮੀਟਿੰਗਾਂ ਇਹਨਾਂ ਅਹਿਮ ਮੁੱਦਿਆਂ ਤੇ ਹੋਵੇਗੀ ਗੱਲਬਾਤ ਪੰਜਾਬ ਸਰਕਾਰ ਨੇ ਸੁਪਰਬੈਚਾ ਲਾਗੂ ਕੀਤੇ ਜਾਣ ਵਾਲੀ ਨਵੀਂ ਖੇਤੀ ਨੀਤੀ ਦੇ ਖਾੜੇ ਬਾਰੇ ਸਰਕਾਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਤੇ ਪੰਜਾਬ ਖੇਤ ਮਜ਼ਦੂਰਾਂ ਯੂਨੀਅਨ ਵਿਚਾਲੇ ਮੀਟਿੰਗ ਸੱਦਿਆ ਇਹ ਮੀਟਿੰਗ ਅੱਜ ਸਵੇਰੇ 10:30 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਪ੍ਰਧਾਨ ਜਗਿੰਦਰ ਸਿੰਘਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰਾਂ ਯੂਨੀਅਨ ਦੇ ਪ੍ਰਧਾਨ ਜੂਰਾ ਸਿੰਘਾ ਨਸਰਾਲੀ ਨੇ ਕਿਹਾ ਹੈ ਕਿ ਦੋਵਾਂ ਜਥੇਬੰਦੀਆਂ ਨੇ ਖਾੜੇ ਦੇ ਬੈਚਾ ਬਾਧੇ ਕਰਨ ਦੇ ਲਈ ਠੋਸ ਸੁਝਾਅ ਤਿਆਰ ਕੀਤੇ ਹਨ ਜੋ ਕਿ ਇਸ ਮੀਟਿੰਗ ਦੇ ਬੈਚਾ ਦਿੱਤੇ ਜਾਣਗੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿ ਕਿਸਾਨਾਂ ਦੀਆਂ ਮੰਗਾਂ ਕਿ ਕਿਸਾਨਾਂ ਦੀਆਂ ਮੰਗਾਂ ਹੋਰਨਾਂ ਮੰਗਾਂ ਨੂੰ ਵੀ ਲਾਗੂ ਕਰਵਾਉਣ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਅਗਲੀ ਖਬਰ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਲਈ ਪਾਸ ਕਰਨਾ ਪਵੇਗਾ ਇੰਗਲਿਸ਼ ਲੈਂਗੁਏਜ ਟੈਸਟ ਨਵੇਂ ਨਜਮ 1 ਨਵੰਬਰ ਤੋਂ ਲਾਗੂ। ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਤੌਰ ਤੇ ਥੋੜੇ ਸਮੇਂ ਦੇ ਕਾਲਜ ਕੋਰਸਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਪੋਸਟ ਗ੍ਰੈਜੂਏਟ ਵਰਕ ਪਰਮੈਂਟਾ ਯੋਗਤਾ ਸੰਬੰਧੀ ਸਖਤ ਦੇਸ਼ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ 1 ਨਵੰਬਰ 2024 ਤੋਂ ਬਾਅਦ ਪੀਜੀ ਡਬਲਯੂਪੀ ਪ੍ਰਾਪਤ ਕਰਨ ਦੇ ਚਾਹਵਨ ਵਿਦਿਆਰਥੀਆਂ ਨੂੰ ਕੈਨੇਡਾ ਦੀਆਂ ਸਰਕਾਰੀ ਪਛਾਣਾਂ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਬਧੇਰੇ ਮਹਾਰਤ ਸਾਬਤ ਕਰਨੀ ਪਵੇਗੀ ਇਮੀਗ੍ਰੇਸ਼ਨ ਐਂਡ ਰਿਫਿਊਜੀਜ ਐਂਡ ਸਿਟੀਜਨਸ਼ਿਪ ਆ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਇੱਕ ਪੋਸਟ ਬੇਚਾ ਕਿਹਾ ਹੈ ਕਿ ਬਿਨੇ ਕਰਨ ਨੂੰ ਪੜ੍ਹਨਾ ਲਿਖਣਾ ਸੋਨਾ ਨਾ ਜਾਂ ਬੋਲਣ ਦੇ ਬੱਚਾ ਆਪਣੇ ਹੁਨਰ ਦਾ ਸਬੂਤ ਦੇਣਾ ਪਵੇਗਾ। ਬਾਸ਼ਾ ਦੇ ਹੁਨਰ ਨੂੰ ਸਾਬਤ ਕਰਨ ਦੇ ਲਈ ਪੇਸ਼ ਕੀਤੇ ਗਏ ਟੈਸਟ ਦੇ ਨਤੀਜੇ 2 ਸਾਲ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ। ਐਸਜੀਪੀਸੀ ਪ੍ਰਧਾਨ ਦੀ ਚੋਣ ਦੇ ਵਿੱਚ ਇਸ ਵਾਰ ਹੋਣਗੇ ਜ਼ਬਰਦਸਤ ਟਾਕਰੇ ਬੀਬੀ ਜੰਗੀਰ ਕੌਰ ਨੇ ਵੀ ਖਿੱਚੀ ਤਿਆਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 28 ਅਕਤੂਬਰ ਨੂੰ ਹੋਣ ਵਾਲਾ ਸਾਲਾਨਾ ਜਨਰਲ ਇਜਲਾਸ ਅਹਿਮ ਹੋਵੇਗਾ। ਸਹਾਦਰਨਾ ਮੌਜੂਦਾ ਹਾਊਸ ਦੇ 148 ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰਤਾ ਤੌਰ ਤੇ ਆਪਣੀ ਵੋਟ ਦੇ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਹੁਦੇਦਾਰਾਂ ਤੇ ਅੰਤਰਿੰਗਾ ਕਮੇਟੀ ਮੈਂਬਰਾਂ ਦੀ ਚੋਣ ਕਰਨਗੇ ਇਸ ਵਾਰ ਇਹ ਚੋਣਾਂ ਹੋਰ ਵੀ ਅਹਿਮ ਮੰਨੀ ਜਾ ਰਹੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾ ਕੇ ਚੱਲੇ ਟਕਸਾਲੀ ਆਗੂ ਵੀ ਮਜ਼ਬੂਤ ਆ ਧੜੇ ਦੇ ਵੱਜੋ ਉੱਭਰ ਕੇ ਸਾਹਮਣੇ ਆ ਸਕਦੇ ਹਨ ਨਵੰਬਰਾ 2022 ਦੇ ਤਰ੍ਹਾਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਡਵੋਕੇਟ ਹਰਜਿੰਦਰ ਸੰਗਾ ਧਾਮੀ ਅਤੇ ਬਾਗੀ ਧੜੇ ਦੇ ਵੱਲੋਂ ਬਣਾਈ ਸੁਧਾਰ ਲਹਿਰ ਦੇ ਵੱਲੋਂ ਬੀਬੀ ਜੰਗੀਰ ਕਰਨ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਪੰਜਾਬ ਦੇ ਵਿੱਚ 15 ਅਕਤੂਬਰ ਦੀ ਛੁੱਟੀ ਦਾ ਐਲਾਨ ਜਾਣ ਨੋਟੀਫਿਕੇਸ਼ਨ ਤਾ ਦੋਸਤੋ ਪੰਚਾਇਤੀ ਚੋਣਾਂ ਦੇ ਕਾਰਨ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੂਣਾ ਦੇ ਕਾਰਨ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਗਾਜਟਡਾ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਾਰੇ ਸਰਕਾਰੀ ਦਫ਼ਤਰ ਬੋਰਡਾ ਕਾਰਪੋਰੇਸ਼ਨਾਂ ਤੇ ਵਿਧਾਇਕ ਅਦਾਰੇ ਬੰਦ ਰਹਿਣਗੇ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਸਰਕਾਰੀ ਦਫ਼ਤਰ ਬੋਰਡਾ ਕਾਰਪੋਰੇਸ਼ਨ ਬੰਦ ਰਹਿਣਗੇ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਾਰਿਸ਼ੀ ਬਾਲਮੀਕ ਜਨਮ ਦਿਨ ਮੌਕੇ 17 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਰੇ ਸਕੂਲਾਂ ਕਾਲਜਾਂ ਦਫ਼ਤਰ ਬੰਦ ਰਹਿਣਗੇ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਦੇ ਸੰਭਾਵਨਾ ਤੂਫਾਨ ਦਾ ਅਲਰਟ ਤੁਹਾਨੂੰ ਉਸ ਤੋਂ ਅੱਜ ਆ ਦਿਨ ਬੁੱਧਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਰੀਪੁਰ, ਫਰੀਰਕੋਟਾ, ਫਾਜ਼ਿਲਕਾ, ਮੋਗਾ, ਮਕਸਰਾ, ਬਠਿੰਡਾ ਅਤੇ ਮਾਨਸਾ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦੇ ਹਨ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਲਈ ਤੂਫਾਨ ਅਤੇ ਬੇਰੀਟ ਗਨ ਨਾਲ ਸੰਬੰਧੀ yellow alert ਜਾਰੀ ਕੀਤਾ ਹੈ। ਅੱਜ ਨਾਲ ਹੀ ਸੂਬੇ ਦੇ ਬਾਅਦ ਤੋਂ ਬਾਅਦ ਤਾਪਮਨ ਵਿੱਚ 0.2 ਡਿਗਰੀ ਦੇ ਗਰਾਵਟ ਦਰਜ ਕੀਤੀ ਗਿਆ ਨਾਲ ਹੀ ਇਹ ਆਮ ਦੇ ਬਰਾਬਰ ਰਹਿੰਦਾ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 35 ਡਿਗਰੀ ਦਰਜ ਕੀਤਾ ਗਿਆ। 24 ਘੰਟੇ ਦੌਰਾਨ ਕਿਸੇ ਵੀ ਥਾਂ ਤੇ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਦੇ ਵਿੱਚ ਮੌਸਮ ਸਾਫ਼ ਰਹੇਗਾ। 11 ਅਕਤੂਬਰ ਤੋਂ ਬਾਅਦ ਮੌਸਮਾ ਬਦਲ ਜਾਵੇਗਾ ਮੌਸਮਾ ਵਿਭਾਗ ਦੇ ਅਨੁਸਾਰ ਇਸ ਮਹੀਨੇ ਦੇ 10 ਤારીખ ਤੱਕ ਸਬਿਰ ਬੈਚਿਆ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਮੌਸਮਾ ਬਦਲ ਜਾਵੇਗਾ ਬਾਅਦ ਤੋਂ ਬਾਅਦ ਹੱਥੇ ਘਟੂ ਘਾਟਾ ਤਾਪਮਾਨ ਵੀ ਆਮ ਦੇ ਬਰਾਬਰ ਹੋ ਜਾਵੇਗਾ ਜੇਕਰ 11 ਤੋਂ 17 ਅਕਤੂਬਰ ਦੀ ਗੱਲ ਕਰੀਏ ਤਾਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਨਾਲ ਹੀ ਤਾਪਮਾਨ ਵੀ ਨੋਰਮਲ ਰਹਿਣ ਦੀ ਸੰਭਾਵਨਾ ਹੈ ਜਿਹੜੇ ਬੈਚਾ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਦਰਮਿਆਨ ਵੱਡੀ ਖਬਰ ਆਈ ਸਾਹਮਣੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਦਰਮਿਆਨ ਵੱਡੀ ਖਬਰ ਹੈ ਸਾਹਮਣੇ ਇਹ ਜਾਣਕਾਰ ਦੇ ਅਨੁਸਾਰ ਮੋਗਾ ਤਹਿਸੀਲਾ ਧਰਮਕੋਟ ਦੇ ਵਿੱਚ ਪੈਂਦੇ ਪਿੰਡਾਂ ਕਿਸ਼ਨਪੁਰਾ ਕਲਾਂ ਵਿੱਚ ਚੋਣ ਪ੍ਰਕਿਰਿਆਤੇ ਮਾਨਯੋਗ ਪੰਜਾਬ ਅਤੇ ਹਰਿਆਣ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਇਸ ਮਾਮਲੇ ਦੇ ਅਗਲੇ ਸੁਣਵਾਈ ਹੋਣਾ 11 ਅਕਤੂਬਰ ਨੂੰ ਹੋਵੇਗੀ 10 ਦੇ ਇੱਕ ਐਸਾ ਪਿੰਡ ਤੋਂ ਸਰਪੰਚ ਦੀ ਚੋਣ ਲੜਨ ਦੇ ਜਾਬਾਨ ਰਕੇਸ਼ ਕੁਮਾਰ ਸ਼ਰਮਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੈਚ ਰਾਜ ਚੋਣ ਕਮਿਸ਼ਨ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨਰ ਨੇ ਦੱਸਿਆ ਕਿ ਉਸ ਨੇ ਕੇਸ਼ਨਪੁਰਾ ਕਲਾ ਤੋਂ ਸਰਪੰਚ ਦੇ ਲਈ ਕਾਗਜ਼ਾ ਦਾਖਲ ਕੀਤੇ ਸਾਨਾ ਰਸੀਦ ਦਾ ਨਾ ਮਿਲਣ ਤੇ ਜਦੋਂ ਸਬੰਧਤ ਅਧਿਕਾਰੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਉਸ ਨੂੰ ਰਸੀਦ ਦਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹਦੇ ਕਾਗਜ਼ ਗਮ ਹੋ ਗਏ ਹਨ ਇਸ ਨੂੰ ਸੰਵਿਧਾਨ ਦੇ ਉਲੰਘਣਾ ਦਾ ਦਦਿਆਂ ਪਾਰਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ಗ್ರಾಮ ਪੰਚਾਇਤ ਦੇ ਵਿੱਚ ਸਰਪੰਚ ਚੋਣਾਂ ਤੇ ਰੋਕਾ ਲਗਾਉਣ ਦੀ ਮੰਗ ਕੀਤੀ ਹੈ ਇਸ ਤੇ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਦੇ ਕੇ 11 ਅਕਤੂਬਰ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਉਰਤਾ ਕੇ ਇਸ ਪੰਡ ਦੇ ਵਿੱਚ ਚੋਣ ਪ੍ਰਕਿਰਿਆ ਤੇ ਪਾਬੰਦੇ ਲੱਗੀ ਹੋਈ ਹੈ ਮੋਬਾਈਲ ਰਾਹੀਂ ਕਾਰਯੋਂ ਪੈਸਾ ਲੈਣ ਦੇਣਾ ਤਾਂ ਜਾਣ ਨਵੀ ਲਿਮਟ ਆਰਬਿਨ ਦਿੱਤੇ ਵੱਡੀ ਰਾਹਤ ਆਰਬਿ ਨੇ ਪਾਵੇਂ ਵਿਆਜ ਦਰਾਂ ਨਹੀਂ ਘਟਾਈਆਂ ਪਰ ਇਸ ਨੇ ਕਾਝਾ ਮੂਰਤਿਆਂ ਦੇ ਉੱਤੇ ਜਨਤਾ ਨੂੰ ਜ਼ਰੂਰ ਆ ਰਾਹਤ ਦਿੱਤੀ ਐਸਾ ਸਾਧ ਰੱਬ ਵਿੱਚ ਰਿਜ਼ਰਵ ਬੈਂਕ ਨੇ ਯੂ ਪੀ ਆਈ ਭੁਗਤਾਨ ਦੀ ਸੀਮਾ ਵਧਾ ਦਿੱਤੀ ਹੈ ਹੁਣ ਯੂ ਪੀ ਆਈ 123 ਪੇ ਦੇ ਲਈ ਪ੍ਰਤੀ ਲੈਣ ਦੇਣ ਦੀ ਸੀਮਾ 5000 ਤੋਂ ਵਧਾ ਕੇ 10000 ਰੁਪਏ ਹੋ ਗਿਆ ਤੇ ਇਸ ਤੋਂ ਇਲਾਵਾ UPI ਲਾਈਟ ਆ ਬੁਲੇਟ ਦੇ ਸੀਮਾ 2000 ਤੋਂ ਵਧਾ ਕੇ 5000 ਤੱਕ ਕਰ ਦਿੱਤੇ ਗਿਆ ਤੇ UPI ਲਾਈਟ ਦੇ ਲਈ ਪ੍ਰਤੀ ਲੈਣ ਦੇਣ ਦੀ ਸੀਮਾ ਵੀ 100 ਤੋਂ ਵਧਾ ਕੇ 500 ਕਰ ਦਿੱਤੇ ਗਿਆ ਉਸ ਤੋਂ ਪਹਿਲਾਂ 8 ਅਗਸਤ 2024 ਦੇ ਮੁਦਰਾ ਨੀਤੀ ਦੇ ਵਿੱਚ RBI ਨੇ UPI ਦੇ ਰਾਹੀਂ ਟੈਕਸ ਭਗਤਾਨ ਦੀ ਸੀਮਾ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰਨ ਦਾ ਐਲਾਨ ਕੀਤਾ ਸੀ PwC ਇੰਡੀਆ ਦੇ ਅਕਾਰ ਰਿਪੋਰਟ ਦੇ ਅਨੁਸਾਰ ਜੋ ਪੈਡੋਤੇ ਲੈਣ ਦੇਣ ਦੇ ਗਣਤੇ 2028-29 ਤੱਕ 439 ਬਿਲੀਅਨ ਤੱਕ ਵਧੰਦੀ ਉਮੀਦ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੇ ਬੈਚ ਲਗਭਗ 131 ਬਿਲੀਅਨ ਸੀ ਖਾਸ ਗੱਲ ਇਹ ਹੈ ਕਿ ਇਹ ਅੰਕੜਾ ਕੋਲਾ ਰਿਟੇਲ ਡਿਜੀਟਲ ਪੇਮੈਂਟ ਦਾ 91% ਦੀ ਹੈ ਕਿ ਸਾਨੂੰ ਵੱਡੇ ਸਵਾਗਤ ਹੁਣ ਸਾਰੀਆਂ ਫਸਲਾਂ ਐਮਐਸਪੀ ਤੇ ਖਰੀਦੇਗੀ ਸਰਕਾਰ ਤਾਂ ਉਸ ਤੋਂ ਹਰਿਆਣਾ ਦੇ ਮੱਖ ਮੰਤਰੀ ਨਾਇਬਾ ਸ਼ਣੀ ਨੇ ਕੁਝ ਦਿਨ ਪਹਿਲਾਂ ਕੁਰੂਕhetra ਦੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਹਿ ਕੇ ਕਿ ਕਿਸਾਨਾਂ ਪੁਰਾਣੇ ਬੰਦ ਪਏ ਟਿਊਬਲਾਂ ਨੂੰ ਮੜਾ ਚਾਲੂ ਕਰਵਾ ਸਕਣਗੇ ਉਹਨਾਂ ਨੂੰ ਇਸ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ। ਉਹਨਾਂ ਨੇ ਕਹਿ ਕੇ ਹੁਣ ਸਰਕਾਰ ਸੁੱਬੇ ਭਰਦੀਆਂ ਸਾਰੀਆਂ ਫਸਲਾਂ ਨੂੰ ਘਟੂ ਘੱਟ ਸਮਰਥਨ ਮੁੱਲ ਐਮਐਸਪੀ ਤੇ ਖਰੀਦ ਕਰੇਗੀ। ਅਸ ਤੋਂ ਪਹਿਲਾਂ 14 ਫਸਲਾਂ ਦੀ ਖਰੀਦ ਐਮਐਸਪੀ ਤੇ ਹੁੰਦੀ ਸੀ ਵਾਹਣਾ ਦੇ ਨੰਬਰ ਪਲੇਟ ਬਣਾਉਣ ਵਾਲਿਆਂ ਦੇ ਲਈ ਆਈ ਅਹਿਮ ਖਬਰਾਂ ਵਾਹਣਾ ਦੇ ਨੰਬਰ ਪਲੇਟ ਬਣਾਉਣ ਵਾਲਿਆਂ ਦੇ ਲਈ ਅਹਿਮ ਖਬਰਾਂ ਦਰਅਸਲ ਦੁਕਾਨਦਾਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ ਜ਼ਿਲ੍ਹਾ ਮੈਜਿਸਟ੍ਰੇਟਾ ਨਰਮਲਾ ਜੁਪੀ ਚੈਨ ਨੇ ਭਾਰਤੀ ਸਿਵਲ ਡਿਫੈਂਸਾ ਕੋਡ ਦੇ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਨੇ ਵੱਰ ਤੋਂ ਕਰਦੇ ਹੋ ਜਿਲ੍ਹਾ ਮਾਨਸਾ ਦੀ ਹੱਦ ਦੇ ਅੰਦਰ ਬਹਾਨਾਂਦਾਂ ਨੰਬਰ ਪਲੇਟਾਂ ਬਣਾਉਣ ਵਾਲੇ ਸਾਰੇ ਦੁਕਾਨਦਾਰਾਂ ਦੇ ਲਈ ਦੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਇਸ਼ਾਰਾ ਤੇ ਅੰਸਰ ਅਸਾਨਿਤ ਨਾਲ ਨੰਬਰ ਪਲੇਟਾਂ ਬਣਾਉਣ ਵਾਲੀਆਂ ਦੁਕਾਨਾਂ ਤੋਂ ਝਾਲੀ ਨੰਬਰਾਂ ਪਲੇਟਾਂ ਬਣਵਾ ਲੈਂਦੇ ਹਨ ਤੇ ਬਾਅਦ ਵਿੱਚ ਆ ਕੋਈ ਵੱਡੇ ਬਾਰਦਾਤ ਕਰ ਲੈਂਦੇ ਹਨ ਤੇ ਜਿਹਦੇ ਕਾਰਨ অপਰਾਧ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਨੂੰ ਟ੍ਰੇਸ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਉਹਨਾਂ ਨੇ ਕਹਿ ਕਿ ਨੰਬਰ ਪਲੇਟ ਬਣਾਉਣ ਵਾਲੀਆਂ ਦੁਕਾਨਾਂ ਤੇ ਬਿਨਾ ਵਾਹਨ ਦੇ ਕਿਸੇ ਵੀ ਵਿਅਕਤੀ ਦੇ ਨੰਬਰ ਪਲੇਟ ਨਹੀਂ ਲਗਾਉਣੀ ਚਾਹੀਦੀ ਸਗੋਂ ਵਾਹਣਾ ਤੇ ਲਗਾ ਕੇ ਨੰਬਰ ਪਲੇਟ ਲਗਾਉਣੀ ਚਾਹੀਦੀ ਜੇਕਰ ਕੋਈ ਵੀ ਨਿਯਮਾਂ ਦੇ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੁਣਨਾ ਕਿ ਮਤ ਦੇ ਵਿੱਚ ਆਈ ਵੱਡੀ ਗੜਵਟ ਸੋਨਾ ਖਰੀਦਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਆ ਦਰਅਸਲ ਸੁਣਨਾ ਕੀਮਤਾਂ ਵਿੱਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਵੀ ਇਹ ਦਿਨਾਂ ਕੀਮਤਾਂ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਹਾਲਾਂਕਿ ਚਾਂਦੀਆਂ ਕੀਮਤਾਂ ਵਧ ਰੀਆਂ ਨਾਜ਼ ਤਾਜ਼ ਜਾਣਕਰ ਦੇ ਅਨੁਸਾਰ ਪੰਜਾਬ ਦੇ ਵਿੱਚ 24 ਕੈਰਟ ਸੁਣ ਦੀ ਕੀਮਤ 77000 ਰੁਪਇਆ ਜਦੋਂ ਕਿ ਬੀਤੇ ਦਿਨ ਇਹ 77800 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ ਸੋਨੇ ਦੀ ਕੀਮਤ ਅੱਜ 800 ਰੁਪਏ ਘਟ ਚੁੱਕੀ ਹੈ 22 ਕੈਰੇਟ ਸੋਨਾ ਅੱਜ 71610 ਰੁਪਏ ਸੀ ਜਦੋਂ ਕੇ ਪਹਿਲਾ ਬੀਤੇ ਦਿਨ 72350 ਰੁਪਏ ਸੀ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਦੀ ਕੀਮਤ 75080 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਬੀਤੇ ਕੱਲ 75860 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਦਰਜ ਕੀਤਾ ਗਿਆ ਸੀ ਹੁਣ ਦੇਖਣਾ ਇਹ ਹੈ ਕਿ ਹੁਣ ਵਾਲੇ ਦਿਨਾਂ ਦੇ ਵਿੱਚ ਇਹ ਗਰਾਵਟ ਜਾਰੀ ਰਹਿੰਦੇ ਆ ਜਾਂ ਹੋਰ ਵੀ ਬਾਦੇ ਹੈ